ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਝਾੜੂ ਪੋਚਾ ਲਾਉਂਦੀ ਪਈ ਸੀ ਕਿ ਮੇਰੀ ਸੱਸ ਜਦੋਂ ਰੋਂਦੀ ਪੜਦੀ ਮੇਰੇ ਕੋਲੇ ਗਈ। ਇਸ ਦੇ ਜੁੰਡੇ ਖੁੱਲੇ ਹੋਏ ਸੀ, ਖਿਲਰੇ ਹੋਏ ਸੀ, ਕੱਪੜੇ ਸਾਰੇ ਪਾਟੇ ਹੋਏ ਸੀ, ਗਾਤਰਾ ਟੁੱਟਿਆ ਤੇ ਹੱਥ ਚ ਲਈ ਫਿਰਦੇ ਸੀ ਕਿ ਮੇਰੇ ਕੋਲ ਜਦੋਂ ਰੋਂਦੀ ਪੜਦੀ ਗਈ ਕਿ ਜਸਿੰਦਰ ਯਾਤਰਾ ਕਰਕੇ ਮੈਨੂੰ ਸੁੱਖ ਜੀਤ ਕਿਆ ਨੇ ਕੁੱਟਿਆ। ਮੇਰਾ ਜਲਾਬ ਲਾਉਂਦੇ ਸੀ 1200 ਰੁਪਈਆ ਤੇ ਵੀ ਮੈਨੂੰ ਯਾਤਰਾ ਕਰਕੇ ਕੁੱਟਿਆ ਤੇ ਮੈਂ ਥਾਣੇ ਆਸੇ ਚਲੀਆਂ ਗਈਆਂ। ਸੱਸ ਸਾਡੀ ਦੇ ਗੱਲ ਪੈ ਗਏ ਆ ਜੀ। ਸੱਸ ਦੇ ਵਾਲ ਵੂਲ ਪੱਟੇ, ਉਹਦਾ ਗਾਤਰਾ ਪੈਰਾਂ 'ਚ ਰੋਲ ਕੇ ਅਤੇ ਉਹਨੂੰ ਕੁੱਟਿਆ ਮਾਰਿਆ, ਜੁੰਡੇ ਜਾਂਡੇ ਖਿਲਾਰੇ ਆ ਜੀ ਅਤੇ ਕੱਪੜੇ ਕੁੱਪੜੇ ਜੀ ਪਾੜੇ ਹੋਏ ਆ ਅਤੇ ਉਹਦਾ ਇਨਸਾਫ ਲੈਣਾ ਚਾਹੀਦਾ। ਤੁਸੀਂ ਕੀ ਪੁਲਿਸ ਪ੍ਰਸ਼ਾਸਨ ਕੋਲ, ਪੁਲਿਸ ਪ੍ਰਸ਼ਾਸਨ ਕੀ ਕਹਿੰਦਾ ਤੁਹਾਨੂੰ ਕੋਈ ਜੀ? ਇਹੋ ਹੀ ਕਹਿੰਦੇ ਆ ਵੀ ਸਾਡੀ ਕੋਈ ਸੱਸ ਦੇ ਕੋਈ ਵੀ ਇਨਸਾਫ ਨਹੀਂ ਮਿਲਦਾ ਪਿਆ ਜੀ। ਹਾਂਜੀ, ਜਦੋਂ ਮੈਂ ਦਲਬਾਗ ਸਰਪੰਚ ਦੇ ਘਰ ਕੰਮ ਕਰਦੀ ਪਈ ਸੀ ਜੀ, ਝਾੜੂ ਪੋਚਾ ਲਾਉਂਦੀ ਪਈ ਸੀ ਕਿ ਮੇਰੀ ਸੱਸ ਜਦੋਂ ਰੋਂਦੀ ਪਿੜਦੀ ਮੇਰੇ ਕੋਲੇ ਗਈ। ਇਸ ਦੇ ਜੁੰਡੇ ਖੁੱਲ੍ਹੇ ਹੋਏ ਸੀ, ਖਿਲਰੇ ਹੋਏ ਸੀ, ਕੱਪੜੇ ਸਾਰੇ ਪਾਟੇ ਹੋਏ ਸੀ, ਗਾਤਰਾ ਟੁੱਟਿਆ ਇਹ ਹੱਥ 'ਚ ਲਈ ਫਿਰਦੇ ਸੀ ਕਿ ਮੇਰੇ ਕੋਲ ਜਦੋਂ ਰੋਂਦੀ ਪਿੜਦੀ ਗਈ ਕਿ ਜਸਿੰਦਰ ਯਾਤਰਾ ਕਰਕੇ ਮੈਨੂੰ ਸੁਖਜੀਤ ਕਿਆ ਨੇ ਕੁੱਟਿਆ। ਮੇਰਾ ਜਲਾਬ ਲਾਉਂਦੇ ਸੀ 1200 ਰੁਪਈਆ ਅਤੇ ਵੀ ਮੈਨੂੰ ਯਾਤਰਾ ਕਰਕੇ ਕੁੱਟਿਆ ਅਤੇ ਮੈਂ ਥਾਣੇ ਆਸੇ ਚਲੀਆਂ ਗਈਆਂ ਕਿ ਥਾਣੇ ਪੁਲਿਸ ਵਾਲਿਆਂ ਨੇ ਸਾਡੀ ਕੋਈ ਇਨਸਾਫ ਨਹੀਂ ਦਿੱਤੀ। ਕੀ ਕਹਿੰਦੇ ਨੇ ਪੁਲਿਸ ਵਾਲੇ ਜੀ? ਉਹ ਕਹਿੰਦੇ ਸੀ ਕਿ ਕਰ ਦਿਆਂਗੇ ਅਤੇ ਵੀ ਉਹਨਾਂ ਦੀ ਸੁਣਦੇ ਪਏ ਆ, ਜਿਨ੍ਹਾਂ ਦੀ ਸਗਰੋਂ ਚੋਰੀ ਹੋਈ ਆ ਉਹਨਾਂ ਦੀ ਕਰਦੇ ਪਏ ਆ ਅਤੇ ਜਿਹੜੀ ਸਾਡੀ ਮਾਤਾ ਦੀ ਕੁੱਟਮਾਰ ਕੀਤੀ ਆ ਉਹਦਾ ਕੋਈ ਇਨਸਾਫ ਨਹੀਂ ਗਾ। ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਡੀ ਸੱਸ ਦਾ ਜੋ ਇਨਸਾਫ ਦੇਣਾ ਚਾਹੀਦਾ। ਹਾਂਜੀ, ਕੀ ਨਾਂ ਤੁਹਾਡਾ? ਹਾਂ, ਦੱਸੋ ਕੀ ਕਹਾਣੀ, ਕੀ ਤੁਹਾਡਾ ਵਾਪਰੀ, ਕੀ ਹੋਇਆ ਜੀ? ਮੇਰੇ ਨਾਲ ਚੋਰੀ ਦਾ ਨਾਂ ਲਾਉਂਦੇ ਸੀਗੇ ਅਤੇ ਮੈਂ ਆਖਿਆ ਵੀ ਚੋਰੀ ਨਹੀਂ ਮੈਂ ਕੀਤੀ ਗੀ ਅਤੇ ਮੇਰੇ ਮੁੜ ਕੇ ਕੁੱਟਮਾਰ ਉਹਨਾਂ ਨੇ ਕੀਤੀ, ਮੇਰੇ ਗਲ ਪੈ ਗਏ, ਚਪੇੜਾ ਮਾਰਨਾ ਮੂੰਹ 'ਤੇ, ਮੇਰੇ ਜੁੰਡੇ ਜਾਂਡੇ ਪੱਟੇ, ਮੈਂ ਘਰੇ ਆ ਗਈ ਹਾਂ। ਘਰੇ ਆ ਕੇ ਫਿਰ ਮੇਰੇ ਮਗਰੇ ਆ ਕੇ ਮੇਰੇ ਗਲ ਪਏ ਆ, ਇਕੱਲੀ ਜਾਣੀ ਮੈਂ ਹੈਗੀ ਸੀ, ਮੇਰੇ ਗਾਤਰਾ ਤੋੜਿਆ ਉਹਨਾਂ ਨੇ, ਗਾਤਰਾ ਤੋੜ ਕੇ ਮੇਰੇ ਪੈਰਾਂ 'ਚ ਰੋਲਿਆ ਉਹਨਾਂ ਨੇ ਅਤੇ ਮੈਂ ਗਾਤਰਾ ਚੱਕਾ ਅਤੇ ਫਿਰ ਮੈਨੂੰ ਐਸੇ ਨੂੰ ਫੜ ਲਓ ਮਗਰੋਂ ਲਲਕਰੇ ਮਾਰਦੇ ਰਹੇ। ਇਹ ਕੌਣ ਸੀ, ਕਿੰਨੇ ਜਣੇ ਆਏ ਤੁਹਾਡੇ ਘਰੇ? ਚਾਰ ਜਾਣੇ। ਕੌਣ ਕੀ ਨਾਮ? ਇੱਕ ਸਾਜਨ ਹੈ, ਇੱਕ ਹਾਕਮ ਆ, ਇੱਕ ਉਹਦੇ ਘਰ ਦੀ ਸੁਖਜੀਤ ਅਤੇ ਗਿਆਨੀ। ਤੁਹਾਡੇ ਗਾਤਰੇ ਦੀ ਬੇਅਦਬੀ ਕੀਤੀ? ਹਾਂਜੀ ਹਾਂਜੀ। ਹੁਣ ਤੁਸੀਂ ਕੀ ਮੰਗ ਕਰਨਾ ਪੁਲਿਸ ਪ੍ਰਸ਼ਾਸਨ ਨੇ ਤੁਹਾਨੂੰ ਇਨਸਾਫ ਦਿੱਤਾ? ਕੋਈ ਨਹੀਂ ਸੁਣੀ ਜੀ। ਕੀ ਕਹਿੰਦੇ ਨੇ ਪੁਲਿਸ? ਕੋਈ ਨਹੀਂ ਸੁਣੀ ਜੀ। ਇਹ ਦੱਸੋ ਨਾ, ਉਹਨਾਂ ਦੀ ਸੁਣਦੇ ਆ ਮੇਰੀ ਗੱਲ, ਕੋਈ ਨਹੀਂ ਉਹਨਾਂ ਨੇ ਸੁਣੀ ਜੀ। ਕੌਣ? ਆਲ ਮਟੋਲੇ ਕਰਦੇ। ਕੌਣ ਕਰਦੇ ਨੇ? ਪੁਲਿਸ ਵਾਲੇ ਜੀ। ਅੱਛਾ, ਕੀ ਕਹਿੰਦੇ ਨੇ? ਉਹ ਆਂਦੇ ਜੀ ਤੁਸੀਂ ਦੂਜਾ ਉਹਨਾਂ ਦੀ ਗੱਲ ਕਰਦੇ ਆ ਜਿਨ੍ਹਾਂ ਦੀ ਚੋਰੀ ਹੋਈ ਤੇ ਮੇਰੇ ਬਾਰੇ ਕੋਈ ਗੱਲ ਨਹੀਂ ਕਰਦੇ। ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੀ ਮੰਗ ਕਰਨਾ ਚਾਹੁੰਦੇ? ਅਸੀਂ ਮੰਗ ਮੈਂਬਰ ਮਤਲਬ ਕੀ ਸਰਕਾਰ ਤੋਂ ਕੀ ਮੰਗ ਕਰਨਾ? ਸਰਕਾਰ ਤੋਂ ਇਹੋ ਮੰਗ ਕਰਦੇ ਵੀ ਮੇਰੀ ਵੀ ਸੁਣੀ ਜਾਵੇ ਮੇਰੀ ਗੱਲ ਗਰੀਬਾਂ ਦੀ, ਵੀ ਮੈਂ ਗੁਰੂ ਸਿੱਖ ਦੇ ਨਾਲ ਜੁੜੀ ਹੋਈ ਹਾਂ, ਵੀ ਜ਼ਰੂਰ ਵਾਸਤੇ ਮੇਰੀ ਗੱਲ ਸੁਣੀ ਜਾਵੇ। Please subscribe our channel for more updates. You can follow us on Twitter and Facebook.